ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਚੀਜ਼ ਦਿਲ, ਠੀਕ ਹੈ ਨਾ, ਉਹਦੇ ਬਾਰੇ ਸਮਝਾਵਾਂਗੇ। ਲੋਕਾਂ ਨੂੰ ਬੜੇ ਹੀ ਦਿਲ ਦੀਆਂ ਪ੍ਰੋਬਲਮਾਂ ਆਉਂਦੀਆਂ ਔਰ ਲੋਕਾਂ ਨੂੰ ਇਹ ਨੌਲੇਜ ਨਹੀਂ ਹੈਗੀ ਵੀ ਅਸੀਂ ਜੇ ਨੌਲੇਜ ਆਏਗੀ ਤਾਂ ਹੀ ਉਹ ਦਿਲ ਨੂੰ ਆਪਣੇ ਸੰਭਾਲਣਗੇ। ਔਰ ਸਭ ਨਾਲੋਂ ਅੱਗੇ ਦਿਲ ਨੂੰ ਸੰਭਾਲਣ ਦਾ ਇੱਕੋ ਚੀਜ਼ ਹੈਗੀ ਆ ਸੈਰ, ਕਾਰਡੀਅਕ ਜਿਹਨੂੰ ਕਹਿੰਦੇ ਆ। ਜਿਮ ਜਾਓ ਤਾਂ ਵੀ ਤੁਹਾਨੂੰ ਕਾਰਡੀਅਕ ਜਿਹੜੇ ਕਰਾਉਂਦੇ ਆ ਨਾ ਟ੍ਰੈਡਮਿਲ ਮਸ਼ੀਨ 'ਤੇ, ਉਹ ਹਾਰਟ ਦੇ ਮਸਲ ਵਧੀਆ ਕਰਨ ਵਾਸਤੇ। ਜੇ ਤੁਹਾਡੇ ਮਸਲ ਵਧੀਆ ਤਾਂ ਫਿਰ ਤੁਸੀਂ ਸਭ ਕੁਝ ਵਧੀਆ ਹੋਊਗਾ, ਠੀਕ ਹੈ। ਮੈਂ ਹਾਰਟ ਬਾਰੇ ਦੱਸਣ ਲੱਗਾ। ਇੱਕ ਨਾ ਇਹਦਾ 250-300 ਗ੍ਰਾਮ ਦਾ ਨਿਗਾਹ ਜਾਂਦਾ ਇੱਥੇ ਫਿੱਟ ਹੁੰਦਾ ਸਟਰਨਮ ਦੇ ਥੱਲੇ, ਆ ਜੇ ਆਪਣੀ ਛਾਤੀ ਥੱਲੇ ਹੁੰਦਾ, ਠੀਕ ਹੈ, ਖੱਬੇ ਪਾਸੇ ਜ਼ਿਆਦਾ ਹੁੰਦਾ। ਵੇਖੋ ਇਹ ਨਾ ਚਾਰ ਇਹਦੇ ਖਾਨੇ ਹੁੰਦੇ ਆ, ਆਪਾਂ ਮੈਂ ਸਿੰਪਲ ਜਿਹਾ ਬਣਾਇਆ। ਇੱਕ ਸੱਜਾ ਪਾਸਾ, ਸੱਜਾ ਉੱਪਰਲਾ ਛੋਟਾ ਜਿਹਨੂੰ ਰਾਈਟ ਐਟਰੀਅਮ ਕਹਿੰਦੇ ਆ, ਸੀਗਾ। ਇੱਕ ਉਹ ਨਾਲੇ ਵੈਂਟਰੀਕਲ ਹੁੰਦਾ ਵੱਡਾ ਹੁੰਦਾ, ਰਾਈਟ ਵੈਂਟਰੀਕਲ, ਇਸ ਤਰ੍ਹਾਂ ਹੀ ਲੈਫਟ ਐਟਰੀਅਮ ਅਤੇ ਲੈਫਟ ਵੈਂਟਰੀਕਲ। ਮੈਂ ਸਿੰਪਲ ਜਿਹਾ ਸਮਝਾਉਂਦਾ, ਸਾਰਾ ਜਿਹੜਾ ਖੂਨ ਆ ਵੇਖੋ ਮੈਂ ਬਣਾਇਆ ਲੋਅਰ ਬਾਡੀ, ਸਾਰੀ ਲੋਅਰ ਬਾਡੀ, ਸਾਰਾ ਗੰਦਾ ਮੰਦਾ ਖੂਨ ਜਿਹੜਾ ਹਾਰਟ ਵਾਲਾ ਵੇ ਵੇਜ਼ ਦੇ ਥਰੂ ਰਾਈਟ ਐਟਰੀਅਮ ਵਿੱਚ ਚੱਲ ਜਾਂਦਾ। ਸਿਸਟਮ ਬਣਾਇਆ ਕੁਦਰਤ ਨੇ, ਵੇਖੋ ਸਾਰਾ ਹੀ ਗੰਦਾ ਖੂਨ ਇੱਥੇ ਵੇਖੋ ਚੱਲ ਜਾਂਦਾ। ਤੁਸੀਂ ਹੈਰਾਨ ਰਹਿ ਜਾਓਗੇ ਪਰਮਾਤਮਾ ਨੇ ਸਾਨੂੰ ਕੀ ਬਣਾਇਆ, ਅਸੀਂ ਕਦੇ ਵੇਖਿਆ ਹੀ ਨਹੀਂ। ਇਹ ਸਾਰਾ ਉੱਪਰਲਾ ਗੰਦਾ ਖੂਨ ਸਿਰ ਤੋਂ ਲੈ ਕੇ ਆ ਸਾਰਾ ਬਾਹਾਂ ਬੂਹਾਂ ਦਾ ਇੱਥੋਂ ਲੈ ਕੇ ਉਹ ਉੱਪਰਲੇ ਪਾਸੇ ਵਿੱਚ ਠਾਹ ਕਰਦੀ ਡਿੱਗਦਾ, ਠੀਕ ਆ। ਇਹ ਦੋਵੇਂ ਇਕੱਠੇ ਇੱਥੇ ਖੂਨ ਭਰਦੇ, ਜਿਹੜੇ ਗੰਦਾ ਖੂਨ ਜਿਹਨੂੰ ਆਪਾਂ ਕਹਿੰਦੇ ਡੀ ਆਕਸੀਜਨੇਟਡ, ਜਿਹਦੇ ਵਿੱਚ ਆਕਸੀਜਨ ਨਹੀਂ ਹੁੰਦੀ, ਠੀਕ ਆ। ਯਾਨੀ ਕਿ ਆਪਾਂ ਜਿੱਦਾਂ ਵੇਸਟ ਬਾਹਰ ਸੁੱਟਦੇ ਆਪਣੇ ਘਰ ਦੀ, ਇੱਕ ਤਰ੍ਹਾਂ ਸਮਝਣਾ ਇੱਕ ਆਪਣਾ ਪੂਰਾ ਇੱਕ ਹਾਰਡ ਹੀ ਆ, ਇੱਕ ਮਤਲਬ ਜਿਹੜਾ ਆ ਕਮਰਾ, ਠੀਕ ਆ। ਹੁਣ ਵੇਖੋ ਇਹ ਸਾਰਾ ਗੰਦਾ ਖੂਨ ਉੱਪਰੋਂ ਵੀ ਆ ਗਿਆ ਇੱਥੇ ਵੀ ਆ ਗਿਆ। ਇੱਥੋਂ ਜਦੋਂ ਹੁੰਦਾ ਵਾ ਬਾਈ ਕਸਪਰ ਵਾਲ ਹੁੰਦੇ ਆ, ਉਹ ਜਦੋਂ ਪੂਰਾ ਭਰਦਾ ਠਾਹ ਕਰਦੀ ਠੱਕ ਕਰਦੀ ਆਵਾਜ਼ ਆ ਗਈ, ਉਹ ਰਾਈਟ ਵੈਂਟਰੀਕਲ ਜਾਂਦੀ। ਜਾਣੀ ਕਿ ਸਾਰਾ ਗੰਦਾ ਖੂਨ ਇੱਥੋਂ ਇੱਥੋਂ ਆਣ ਕੇ ਅਤੇ ਮੇਰੇ ਇੱਥੇ ਜਾਂਦਾ, ਇੱਥੋਂ ਸਾਰਾ ਦੇ ਕੇ ਇੱਥੇ ਫਿਰ ਇਹ ਸਿੱਧਾ ਜਾਂਦਾ ਮੇਰੇ ਫੇਫੜੇ 'ਚ, ਠੀਕ ਆ। ਅੱਜ ਫੇਫੜੇ ਮੈਂ ਵਿਖਾਏ, ਇਹ ਬੜਾ ਸੌਖੇ ਤਰੀਕੇ ਨਾਲ ਸਮਝਾਉਂਦੇ ਆ ਅਤੇ ਇਹਨੂੰ ਇਸ ਤਰ੍ਹਾਂ ਹੀ ਆਪਣੇ ਦਿਮਾਗ 'ਚ ਵਸਾਇਆ, ਦੂਜੇ ਤਰੀਕੇ ਨਾਲ ਨਾ ਵਸਾਇਆ। ਜੇ ਉਹ ਤੁਸੀਂ ਫੋਟੋ ਵੇਖ ਲਈ ਹਾਰਟ ਦੀ, ਤੁਹਾਡੇ ਸਾਰੀ ਉਮਰ ਨਹੀਂ ਸਮਝ ਲੱਗਣੀ ਵੀ ਕੀ ਬਣ ਦਿਆ, ਠੀਕ ਆ ਨਾ। ਮੈਂ ਸਿੰਪਲ ਕਹਿੰਦਾ ਚਾਹੁੰਦਾ ਆਮ ਲੋਕਾਂ ਨੂੰ ਜਿਹੜੇ ਲੇ ਮੈਨ ਹੈ, ਥੋੜ੍ਹਾ ਤੁਹਾਨੂੰ ਪਤਾ ਹੋਵੇ ਆਪਾਂ ਫੇਫੜੇ 'ਚ ਇੱਥੋਂ ਇਹਨੂੰ ਪਲਮਨਰੀ ਆਰਟਰੀ, ਜਦੋਂ ਵੀ ਹਾਰਟ 'ਚ ਖੂਨ ਜਾਂਦੇ ਉਹਨੂੰ ਆਰਟਰੀ ਕਹਿੰਦੇ ਆ। ਪਹਿਲਾਂ ਹੁੰਦੇ ਸੀ ਵੇਨ, ਮਿਲ ਕੇ ਬਣ ਗਈ ਆਰਟਰੀ, ਗੰਦਾ ਖੂਨ ਆਰਟਰੀ ਵਾਸਤੇ ਫੇਫੜੇ ਗਿਆ। ਵੇਖੋ ਜਿੱਦਾਂ ਅੰਦਰ ਸਾਹ ਲੈਂਦੇ ਹਾਂ ਅਤੇ ਆਕਸੀਜਨ ਜਿਹੜੀ ਜਿਹੜੇ ਅੰਦਰ ਜਿਹੜਾ ਗੰਦਾ ਖੂਨ ਆ ਉਹ ਆਕਸੀਜਨ ਲੈਂਦਾ ਅਤੇ ਡੀ ਉਹ ਬਣ ਜਾਂਦਾ ਆਕਸੀਜਨੇਟਡ ਅਤੇ ਬਾਹਰ ਕਾਰਬਨ ਡਾਈਆਕਸਾਈਡ ਗੈਸ ਛੱਡਦਾ। ਜਿੱਦਾਂ ਆਪਾਂ ਵੇਖੋ ਬਾਹਰ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਠੀਕ ਹੈ, ਇਹ ਵੀ ਛੱਡਦਾ, ਮਤਲਬ ਆਪਣੇ ਦੇ ਛੱਡਦਾ ਨਾ, ਉਹ ਫਿਰ ਸਾਹ ਭਰ ਕੇ ਅਤੇ ਮਿਲ ਕੇ ਲੈਫਟ ਐਟਰੀਅਮ 'ਚ ਆਉਂਦਾ, ਪਲਮਨਰੀ ਵੇਨ ਬਣ ਜਾਂਦੀ ਆ ਜਿਹਦੇ ਰਸਤੇ ਆਉਂਦੀ ਆ, ਠੀਕ ਹੈ। ਜਦੋਂ ਆਰਟਰੀ ਬਣ ਜਾਂਦੀ ਫਿਰ ਵੇਨ, ਉਹ ਲੈਫਟ ਐਟਰੀਅਮ ਆ ਕੇ ਫਿਰ ਵੱਡਾ ਜਿਹੜਾ ਹੁੰਦਾ ਮੇਨ ਜਿਹੜਾ ਲੈਫਟ ਵੈਂਟਰੀਕਲ ਫੰਕਸ਼ਨ ਦਾ, ਉਹ ਇੱਥੇ ਆ ਜਾਣ ਕੇ ਸਾਰਾ ਗੰਦਾ ਖੂਨ ਥੱਲਿਓ ਆ ਗਏ ਅਤੇ ਉੱਪਰੋਂ ਆ ਗਏ ਇੱਥੇ, ਇੱਥੋਂ ਵਾਲ ਹੁੰਦੇ ਬਾਈਕਸਪਿਟ ਇੱਥੇ ਡਿੱਗਾ ਸੱਜੇ ਪਾਸੇ, ਸੱਜੇ ਸਿੱਧਾ ਫੇਫੜੇ ਗਿਆ, ਫੇਫੜੇ ਸਾਫ਼ ਹੋਇਆ, ਉੱਥੇ ਆਪਾਂ ਸਾਹ ਲਿਆ, ਆਕਸੀਜਨ ਉਹਦੇ ਵਿੱਚ ਵੜ ਗਈ ਅਤੇ ਜਿਹੜੀ ਕਾਰਬਨ ਡਾਈਆਕਸਾਈਡ ਅਸੀਂ ਬਾਹਰ ਕੱਢਤੀ, ਫਿਰ ਆ ਗਿਆ ਥੱਲੇ ਆਕਸੀਜਨੇਟਰ, ਆਕਸੀਜਨੇਟਰ ਬਲੱਡ ਇੱਥੇ ਆ ਗਿਆ, ਇੱਥੋਂ ਥੱਲੇ ਠਾਹ ਕਰਦੀ ਵੱਜਣਾ, ਇੱਥੇ ਮੇਰੇ ਲੈਫਟ ਵੈਂਟਰੀਕਲ ਜਾਣਾ, ਇੱਥੋਂ ਲੈਫਟ ਵੈਂਟਰੀਕਲ 'ਚ ਸਾਰੇ ਅਰੋਟਿਤ ਰਸਤੇ ਆਪਾਂ ਨੂੰ ਸਪਲਾਈ ਹੋਣਾ। ਇਹ ਸਪਲਾਈ ਵਧੀਆ ਜਿਹੜੀ ਹੁੰਦੀ ਆ ਉਹ 50-55 ਵੀ ਚੱਲ ਜਾਂਦੀ, ਪਰ ਸਭ ਨੂੰ ਵਧੀਆ 60-65% ਹੁੰਦੀ ਆ। ਯਾਨੀ ਕਿ ਐਲ ਵੀ ਐਫ ਜਿਹੜਾ ਹੁੰਦਾ ਘੈਂਟ, ਜੇ ਤੁਸੀਂ ਸੀ ਡੀ ਕੋ ਵੇਖਿਆ ਕਰੋ, ਸੀ ਡੀ ਕੋ, ਠੀਕ ਆ, ਸੀ ਡੀ ਕੋ ਦੇ ਵਿੱਚ ਇੱਕੋ ਚੀਜ਼ ਵੇਖਣੀ ਸੀ ਮੇਨ, ਐਲ ਵੀ ਈ ਐਫ, ਇਹ ਘੈਣ ਦੀ 60-55%, 50% ਚੱਲ ਜਾਂਦੀ, ਪਰ ਜੇ ਤੁਹਾਡੇ ਤੇ ਮਸਲ ਬਿਲਡ ਕੀਤੇ ਆ ਤੇ ਉਹ ਆਪਾਂ ਨੂੰ ਬੈਸਟ ਹੁੰਦੇ ਆ। ਯਾਨੀ ਕਿ ਮੇਰੀ ਇਸ ਵਕਤ ਇਹ 65% ਆ, ਮੈਂ ਕਰਾਈ ਸੀ ਡੀ ਕੋ। ਇਹ ਉਮਰ 'ਚ ਜਿੰਨੀ ਕੁ 50 ਦੇ ਲਾਗੇ ਛਾਗੇ ਜਿਹਨੂੰ ਵੀ ਛਾਤੀ 'ਚ ਕਦੀ ਦਰਦ ਹੁੰਦੀ, ਹੁਣ ਸੀ ਡੀ ਕੋ ਤਾਂ ਕਮ ਸੇ ਕਮ ਕਰਵਾਉਣੀ ਚਾਹੀਦੀ ਆ। ਔਰ ਤੁਹਾਨੂੰ ਲੱਗਦਾ ਵੀ ਛਾਤੀ ਦਰਦ ਹੋਣਦੀ ਆ, ਬ੍ਰੈਥਲੈਸ ਹੋਣਦੀ, ਮੈਂ ਸਾਹ ਚੜ੍ਹਦਾ, ਅਤੇ ਬਿਨਾਂ ਸੈਰ ਤੋਂ ਜੇ ਸੈਰ ਨਾ ਕੀਤੀ ਫਿਰ ਤੁਹਾਡਾ ਐਲ ਵੀ ਐਫ ਕੱਟ ਕੇ ਹਾਰਟ ਅਟੈਕ ਹੋ ਜਾਣਾ ਜੀ। ਆਪਾਂ ਇਹ ਇੱਕ ਬੜਾ ਵੇਖੋ ਸਿੰਪਲ ਪ੍ਰੋਸੀਜਰ ਵੀ, ਸਾਰਾ ਗੰਦਾ ਖੂਨ ਦਿਲ ਦੇ ਸੱਜੇ ਪਾਸੇ ਆ ਗਿਆ, ਉੱਪਰੋਂ ਵੀ ਇੱਧਰ ਐਵੇਂ ਆ ਗਿਆ,
ਠੀਕ ਆ ਤੇ ਫਿਰ ਇਹ ਥੱਲੇ ਡਿੱਗਾ ਇੱਥੇ ਸੱਜੇ ਹਿੱਸੇ ਵਿੱਚ ਦਿਲ ਦੇ ਜਿਹਨੂੰ ਐਟਰੀਅਮ ਕਹਿੰਦੇ ਆ ਇੱਥੋਂ ਗਿਆ ਫੇਫੜੇ ਚ ਫੇਫੜੇ ਸਾਫ਼ ਹੋਇਆ ਦਿਲ ਦੇ ਖੱਬੇ ਉੱਪਰਲੇ ਹਿੱਸੇ ਆ ਗਿਆ ਫਿਰ ਥੱਲੇ ਆ ਗਿਆ ਤੇ ਇੱਥੋਂ ਸਾਰਾ ਸਪਲਾਈ ਹੋ ਗਿਆ ਜਾਣੀ ਕਿ ਵੇਖੋ ਕੁਦਰਤ ਨੇ ਕੀ ਚੀਜ਼ ਬਣਾਈ ਸਾਰਾ ਗੰਦਾ ਖੂਨ ਸਾਰਾ ਹੀ ਉੱਪਰੋਂ ਥੱਲੇ ਆ ਕੇ ਹਾਰਟ ਪੰਪ ਕਰਦਾ ਹੁਣ ਵੇਖੋ ਕਿੱਡਾ ਹਾਰਟ ਸੈਂਟਰ ਤੇ ਜੇ ਹਾਰਟ ਦਾ ਤੰਦਰੁਸਤ ਮਸਲ ਤੰਗੇ ਤੰਦਰੁਸਤ ਆ ਤੇ ਫਿਰ ਹੀ ਗੱਲ ਬਣਦੀ ਆ ਇਸ ਕਰਕੇ ਮੈਂ ਸਾਰੇ ਨੇ ਇਹੋ ਕਹਿਣਾ ਚਾਹੂੰਗਾ ਵੀ ਸੈਰ ਤੋਂ ਬਿਨਾਂ ਤੁਹਾਡਾ ਹਾਰ ਨਹੀਂ ਜੇ ਬਚਣਾ ਨਹੀਂ ਤਾਂ ਹਾਰਟ ਅਟੈਕ ਤੁਹਾਨੂੰ ਹੋਣਾ ਹੀ ਹੋਣਾ ਜੀ 100% ਹੋਣਾ ਮੈਂ ਇੱਕ ਪੱਕਾ ਲਿਖ ਕੇ ਗਰੰਟੀ ਲਿਓ ਅੱਛਾ ਜੇ ਤੁਸੀਂ ਘਿਓ ਜ਼ਿਆਦਾ ਖਾਂਦੇ ਜੇ ਦੁੱਧ ਤੁਸੀਂ ਜ਼ਿਆਦਾ ਪੀਂਦੇ ਜੇ ਤੁਸੀਂ ਮਤਲਬ ਜਿਹੜੇ ਮਲਾਈਆਂ ਬਾਹਰ ਦੀਆਂ ਚੀਜ਼ਾਂ ਜੰਕ ਫੂਡ ਕੇਕ ਸ਼ੇਕ ਥੰਮਸ ਅਪ ਇਹ ਚੀਜ਼ਾਂ ਪੀਂਦੇ ਜੇ ਅਤੇ ਜੇ ਤੁਸੀਂ ਸੈਰ ਨਹੀਂ ਕਰਦੇ ਠੀਕ ਆ ਜਾਂ ਜਿਮ ਨਹੀਂ ਕਰਦੇ ਜਾਂ ਯੋਗਾ ਨਹੀਂ ਕਰਦੇ ਹਾਰਟ ਦੀ ਪ੍ਰੋਬਲਮ ਆਉਣੀ ਹੋਈ ਸਭ ਨੂੰ ਬਚਣ ਦੀ ਤਕਲੀਫ ਹੈਗੀ ਹੈ ਸੈਰ 40 ਮਿੰਟ ਮੈਂ ਤੁਹਾਨੂੰ 40 ਮਿੰਟ 35 ਤੋਂ 40 ਮਿੰਟ ਰੱਖੋ ਵੀ ਡੇਲੀ ਕਰਨੀ ਜੋ ਮਰਜ਼ੀ ਦੁਨੀਆ ਤੋਂ ਹੋ ਜਾਵੇ ਠੀਕ ਆ ਇਹ ਖਾਸ ਕਰਕੇ ਮੈਂ ਤੁਹਾਨੂੰ ਹਾਰਟ ਦੇ ਪੇਸ਼ੈਂਟ ਨਾਲ ਇੰਟਰਵਿਊ ਦਵਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।